ਸਤਿ ਸ਼੍ਰੀ ਅਕਾਲ ਦੋਸਤੋ, ਸਾਡੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦਾ ਆਪਣਾ ਵਿਸ਼ਾ ਹੈ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਵਾਪਰਿਆ ਕੁਦਰਤੀ ਚਮਤਕਾਰ। ਵੈਸੇ ਤਾਂ ਹਰਿਮੰਦਰ ਸਾਹਿਬ ਵਿੱਚ ਬਹੁਤ ਸਾਰੇ ਚਮਤਕਾਰ ਵਾਪਰਦੇ ਰਹਿੰਦੇ ਹਨ, ਪਰ ਅੱਜ ਆਪਾਂ ਤੁਹਾਡੇ ਨਾਲ ਉਸ ਇਤਿਹਾਸ ਦੀ ਸਾਂਝ ਪਾਵਾਂਗੇ ਜਿਸ ਵਿੱਚ ਅੰਗਰੇਜ਼ ਸਰਕਾਰ ਵੱਲੋਂ, ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਬਾਅਦ 'ਚ ਅੰਗਰੇਜ਼ ਸਰਕਾਰ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਦਾ ਕੰਪਲੈਕਸ ਜੋ ਨਿਲਾਮ ਕਰਵਾਉਣ ਦੀ ਉਹਨਾਂ ਦੀ ਖੋਜੀ ਚਾਲ ਸੀ, ਉਸ ਦਿਨ ਕਿਵੇਂ ਗੁਰੂ ਮਹਾਰਾਜ ਜੀ ਨੇ ਕੌਤਕ ਵਰਤਿਆ ਜਾਂ ਚਮਤਕਾਰ ਵਰਤਿਆ। ਇਹ ਸਾਰੀ ਵੀਡੀਓ ਨੂੰ ਅਖੀਰ ਤੱਕ ਦੇਖਣਾ ਤਾਂ ਜੋ ਇਸ ਅਣਮੁੱਲੇ ਇਤਿਹਾਸ ਬਾਰੇ ਤੁਹਾਨੂੰ ਜਾਣਕਾਰੀ ਹੋ ਸਕੇ। ਆਓ ਚੱਲਦੇ ਹਾਂ ਅੱਜ ਦੀ ਵੀਡੀਓ ਵੱਲ। ਜਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋ ਗਿਆ ਅਤੇ ਪੰਜਾਬ ਅੰਗਰੇਜ਼ਾਂ ਦੇ ਅਧੀਨ ਹੋ ਗਿਆ ਤਾਂ ਲਾਰਡ ਡਲਹੌਜ਼ੀ, ਜੋ ਭਾਰਤ ਦਾ ਗਵਰਨਰ ਜਨਰਲ ਸੀ, ਅੰਮ੍ਰਿਤਸਰ ਆਇਆ। ਉਸਨੇ ਬੜੀ ਡੀਂਗ ਮਾਰ ਕੇ ਕਿਹਾ ਕਿ ਗੁਰੂ ਨਾਨਕ ਦਾ ਸਿੱਖ ਤਾਂ ਭਾਵੇਂ ਕੋਈ ਰਹਿ ਜਾਵੇ, ਪਰ ਗੁਰੂ ਗੋਬਿੰਦ ਸਿੰਘ ਦਾ ਸਿੱਖ ਆਪਣੇ ਰੂਪ ਸਰੂਪ ਵਿੱਚ ਰਹਿਣਾ ਮੁਸ਼ਕਲ ਹੋ ਜਾਵੇਗਾ ਕਿਉਂਕਿ ਹਾਲਾਤ ਉਸ ਲਈ ਸਿੱਖਾਵੇਂ ਨਹੀਂ ਰਹੇ। ਅਭਿਆਨੀ ਡਲਹੌਜ਼ੀ ਨੂੰ ਇਤਨਾ ਨਹੀਂ ਸੀ ਪਤਾ ਕਿ ਗੁਰੂ ਨਾਨਕ ਦੇਵ ਜੀ ਦੇ ਸਿੱਖ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਵਿੱਚ ਕੋਈ ਵੱਖਰੀ ਹਸਤੀ ਦੇ ਮਾਲਕ ਨਹੀਂ, ਪਰ ਵਕਤ ਦਾ ਹਾਕਮ ਹੋਣ ਕਾਰਨ ਕੋਈ ਉਸ ਨਾਲ ਉਸ ਦੇ ਬੋਲਾਂ ਦੇ ਵਜਨ ਨੂੰ ਬਗੈਰ ਦਿੱਤੇ ਨਹੀਂ ਰਹਿ ਸਕਦਾ ਸੀ। ਸਿੱਖਾਂ ਲਈ ਉਸ ਦੇ ਬੋਲ ਬੜੇ ਮੰਦਭਾਗੇ ਸਨ। ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਦਰਬਾਰ ਸਾਹਿਬ ਦੀ ਅਲੌਕਿਕ ਸੁੰਦਰਤਾ ਦੇਖ ਕੇ ਇਹ ਹੌਕਾ ਭਰਿਆ ਕਿ ਕਾਸ਼ ਹੀ ਹਰਿਮੰਦਰ ਗਿਰਜੇ ਦੇ ਰੂਪ ਵਿੱਚ ਧਰਤੀ 'ਤੇ ਵਿਰਾਜਮਾਨ ਹੁੰਦਾ। ਡਲਹੌਜ਼ੀ ਦੇ ਅਜਿਹੇ ਸ਼ਬਦਾਂ ਸਦਕਾ ਸਾਈਆਂ ਨੂੰ ਸ਼ਹਿ ਮਿਲ ਗਈ ਅਤੇ ਉਹਨਾਂ ਆਪਣੇ ਧਰਮ ਨੂੰ ਤੇਜ਼ੀ ਨਾਲ ਪੰਜਾਬ ਵਿੱਚ ਫੈਲਾਉਣ ਦਾ ਅਮਲ ਆਰੰਭ ਦਿੱਤਾ। ਈਸਾਈ ਮਤ ਦੇ ਸ਼ਕਤੀਸ਼ਾਲੀ ਪ੍ਰਚਾਰ ਸਦਕਾ ਸਰਕਾਰੀ ਲਾਲਚ ਅਤੇ ਕੁਝ ਦਬਾਅ ਕਾਰਨ ਬਹੁਤ ਸਾਰੇ ਲੋਕ ਸਿੱਖ ਧਰਮ ਨੂੰ ਛੱਡ ਕੇ ਈਸਾਈ ਮਤ ਵਿੱਚ ਬੜੀ ਤੇਜ਼ੀ ਨਾਲ ਪ੍ਰਵੇਸ਼ ਕਰਨ ਲੱਗ ਪਏ। ਈਸਾਈ ਪ੍ਰਚਾਰਕ ਇਸ ਰੁਝਾਨ ਤੋਂ ਬਹੁਤ ਉਤਸ਼ਾਹਿਤ ਹੋਏ ਅਤੇ ਉਹਨਾਂ ਨੇ ਇਸ ਕਿਸਮ ਦੀ ਹਵਾ ਫੈਲਾ ਦਿੱਤੀ ਕਿ ਸਿੱਖ ਧਰਮ ਹੁਣ ਲਗਭਗ ਖਤਮ ਹੀ ਹੋਣ ਵਾਲਾ ਹਨ। ਜਿਹੜੇ ਲੋਕ ਹਾਲੇ ਵੀ ਸਿੱਖੀ ਸਰੂਪ ਵਿੱਚ ਸਨ ਉਹ ਇਸ ਗੱਲ ਤੋਂ ਬਹੁਤ ਚਿੰਤਤ ਸਨ ਕਿ ਹੁਣ ਕੀ ਕੀਤਾ ਜਾਵੇ। ਇਸ ਸਮੇਂ ਕੌਮ ਨੂੰ ਮਦਹਾਲੀ ਭਰੀ ਸਥਿਤੀ ਵਿੱਚੋਂ ਕਿਵੇਂ ਬਾਹਰ ਕੱਢਿਆ ਜਾਵੇ, ਪਰ ਕੋਈ ਉਪਾਅ ਸਾਹਮਣੇ ਨਜ਼ਰ ਨਾ ਆਇਆ। ਅੰਗਰੇਜ਼ਾਂ ਨੇ ਸਿੱਖਾਂ 'ਤੇ ਆਪਣਾ ਪ੍ਰਭਾਵ ਹੋਰ ਦ੍ਰਿੜ ਕਰਨ ਲਈ ਦਰਬਾਰ ਸਾਹਿਬ ਦੇ ਮੁੱਖ ਦਰਬਾਰ ਸਾਹਮਣੇ 1962 ਈਸਵੀ ਨੂੰ ਇੱਕ ਘੰਟਾ ਘਰ ਉਸਾਰ ਦਿੱਤਾ ਜਿਹੜਾ ਪੱਛਮੀ ਗਿਰਜੇ ਦੀ ਤਰਜ 'ਤੇ ਬਣਾਇਆ ਗਿਆ। ਦੂਰ ਤੋਂ ਦੇਖਣ ਵਾਲੇ ਨੂੰ ਦਰਬਾਰ ਸਾਹਿਬ ਦਾ ਵਾਤਾਵਰਨ ਗਿਰਜਾ ਨੁਮਾ ਦਿਸਣ ਲੱਗ ਪਿਆ, ਜਿਸ ਨਾਲ ਸਿੱਖ ਸੰਗਤਾਂ ਨੂੰ ਦੁੱਖ ਹੋਣਾ ਸੁਭਾਵਿਕ ਹੀ ਸੀ। ਸਿੱਖਾਂ 'ਤੇ ਇਤਰਾਜ਼ ਕਰਨ 'ਤੇ ਇਸ ਘੰਟਾ ਘਰ ਨੂੰ ਬਾਹਰ ਬਣਾਉਣ ਦਾ ਬਹਾਨਾ ਇਹ ਘੜਿਆ ਗਿਆ ਕਿ ਨਗਰ ਪਾਲਿਕਾ ਦੀ ਇਮਾਰਤ ਇਸ ਇਮਾਰਤ ਦੀ ਟੌਰ ਵਧਾਉਣਾ ਚਾਹੁੰਦੀ ਹੈ, ਪਰ ਇਸ ਪਿੱਛੇ ਚਤਰਾਈ ਅਤੇ ਮਨਸੂਬੇ ਕੁਛ ਹੋਰ ਲੱਗਦੇ ਸਨ। ਘੰਟਾ ਘਰ ਦੀ ਉਸਾਰੀ ਦੀ ਆੜ ਵਿੱਚ ਸਰਕਾਰ ਨੇ ਕਈ ਬੁੰਗਿਆਂ 'ਤੇ ਆਪਣਾ ਕਬਜ਼ਾ ਕਰ ਲਿਆ। ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਦੇ ਬੁੰਗੇ ਸਿੱਖਾਂ ਤੋਂ ਜਬਰੀ ਖੋਹ ਕੇ ਉਸ ਨੂੰ ਈਸਾਈ ਸਕੂਲ ਵਿੱਚ ਬਦਲ ਦਿੱਤਾ। ਸ਼ਹਿਰ ਦੇ 4 ਸਿੱਖ ਵਿਦਿਆਰਥੀਆਂ ਨੂੰ ਈਸਾਈ ਬਣਾਇਆ ਗਿਆ ਅਤੇ ਜਲੰਧਰ ਵਿੱਚ ਕਈ ਸਿੱਖ ਬੱਚਿਆਂ ਦੇ ਕੇਸ ਕਤਲ ਕਰਕੇ ਉਹਨਾਂ ਦਾ ਰੱਸਾ ਬਣਾ ਕੇ ਵੇਚਿਆ ਗਿਆ। ਇੱਥੋਂ ਤੱਕ ਗੋਂਦ ਗੋਂਦ ਲਈ ਸੀ ਕਿ ਹਰਿਮੰਦਰ ਸਾਹਿਬ ਦੇ ਸਾਰੇ ਕੈਂਪਲੈਕਸ ਨੂੰ ਨਿਲਾਮ ਕਰਕੇ ਸਿੱਖਾਂ ਦੀ ਸ਼ਕਤੀ ਨੂੰ ਭਾਰੀ ਸੱਟ ਮਾਰੀ ਜਾਵੇ। 30 ਅਪ੍ਰੈਲ 1877 ਈਸਵੀ ਦੀ ਤਰੀਖ ਇਸ ਨਾਮਰਾਦ ਕਾਰਵਾਈ ਲਈ ਨਿਸ਼ਚਿਤ ਕਰ ਦਿੱਤੀ ਗਈ। ਸਿੱਖ ਇਹ ਸਭ ਕੁਛ ਦੇ ਸੁਣ ਕੇ ਕੁਝ ਕਰਨ ਤੋਂ ਬੇਵੱਸ ਸਨ। ਇਹਨਾਂ ਦੀ ਮਜੂਸੀ ਭਰੀ ਇਸ ਹਾਲਾਤ ਵਿੱਚ ਸਤਿਗੁਰਾਂ ਨੇ ਆਪ ਮਿਹਰ ਕਰ ਦਿੱਤੀ। ਇੱਕੋ ਘਟਨਾ ਨੇ ਕੌਮ ਦਾ ਮਨੋਬਲ ਤਕੜਾ ਕਰ ਦਿੱਤਾ। ਹਰਿਮੰਦਰ ਸਾਹਿਬ ਵਿਖੇ 30 ਅਪ੍ਰੈਲ 1877 ਈਸਵੀ ਨੂੰ ਸਵੇਰੇ ਅੰਮ੍ਰਿਤ ਵੇਲੇ 4:30 ਵਜੇ ਇੱਕ ਅਦਭੁਤ ਕੌਤਕ ਵਾਪਰਿਆ, ਜਿਸ ਦਾ ਵਰਣਨ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਖੱਬੇ ਪਾਸੇ ਘੜਿਆਲ ਟੰਗਿਆ ਹੋਇਆ ਹੈ। ਉਸ ਦੇ ਲਗਭਗ ਉੱਪਰ ਸੋਨੇ ਦੇ ਇੱਕ ਪੁੜੇ ਵਿੱਚ ਉਕਰਿਆ ਪਿਆ ਹੈ। ਸ਼੍ਰੀ ਹਰਿਮੰਦਰ ਸਾਹਿਬ ਵਿੱਚ 30 ਅਪ੍ਰੈਲ 1877 ਈਸਵੀ ਨੂੰ ਸਵੇਰੇ 4:30 ਵਜੇ ਇੱਕ ਅਜਬ ਖੇਲ ਵਰਤਿਆ। ਕੋਈ 400 ਪ੍ਰੇਮੀ ਸ਼੍ਰੀ ਦਰਬਾਰ ਸਾਹਿਬ ਵਿੱਚ ਕੀਰਤਨ ਦਾ ਆਨੰਦ ਲੈ ਰਹੇ ਸਨ, ਜਦ ਕਿ ਅਚਨਚੇਤ ਬਿਜਲੀ ਦੀ ਲਿਸ਼ਕ ਦੇ ਸੀ। ਉਹ ਇੱਕ ਵੱਡੀ ਰੋਸ਼ਨੀ ਦੀ ਸ਼ਕਲ ਵਿੱਚ ਪਹਾੜ ਦੀ ਬਾਹੀ ਦੇ ਦਰਵਾਜ਼ੇ ਵਿੱਚੋਂ ਆਈ ਅਤੇ ਠੀਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਗੋਲਾ ਜਿਹਾ ਬਣ ਕੇ ਫਟੀ।
ਅਤੇ ਚਾਨਣ ਹੀ ਚਾਨਣ ਕਰਕੇ ਦੱਖਣੀ ਦਰਵਾਜ਼ੇ ਬਾਣੀ ਇੱਕ ਰੋਸ਼ਨੀ ਦੀ ਲੀਕ ਹੋ ਕੇ ਨਿਕਲ ਗਈ। ਭਾਵੇਂ ਇਸ ਦੇ ਫਟਣ ਸਮੇਂ ਬੜੀ ਭਿਆਨਕ ਅਤੇ ਜ਼ੋਰਦਾਰ ਆਵਾਜ਼ ਆਈ, ਪਰ ਅੰਦਰ ਬੈਠੇ ਕਿਸੇ ਪ੍ਰੇਮੀ ਜਾਂ ਚੀਜ਼ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਪੁੱਜਾ। ਇਸ ਅਲੌਕਿਕ ਦ੍ਰਿਸ਼ ਨੂੰ ਸਭ ਲੋਕ ਸ਼੍ਰੀ ਗੁਰੂ ਰਾਮਦਾਸ ਜੀ ਦਾ ਆਪਣਾ ਕੌਤਕ ਦੱਸਦੇ ਹਨ। ਇਹ ਕੌਤਕ ਦੇਖ ਕੇ ਅੰਗਰੇਜ਼ ਅਧਿਕਾਰੀ ਘਬਰਾ ਗਏ, ਮਾਫ਼ੀਆਂ ਮੰਗਣ ਲੱਗੇ। ਦਰਬਾਰ ਸਾਹਿਬ ਵਿਖੇ ਪ੍ਰਸ਼ਾਦ ਕਰਵਾਇਆ ਅਤੇ ਰੱਬ ਨਾਲ ਗੁਨਾਹਗਾਰੀ ਕਰਨ ਤੋਂ ਬਚ ਗਏ। ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਹੈ? ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਅੰਮ੍ਰਿਤ ਵੇਲੇ 4:30 ਵਜੇ ਰੋਸ਼ਨੀ ਆਈ ਤੋਂ ਆਈ ਕਿੱਥੋਂ, ਜਦਕਿ 30 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਸੂਰ ਸਵੇਰੇ 5:49 'ਤੇ ਚੜ੍ਹਦਾ ਹੈ, ਜਦਕਿ 4:30 ਵਜੇ ਸੂਰਜ ਹੀ ਨਹੀਂ ਚੜ੍ਹਿਆ ਅਤੇ ਉਹ ਹਾਲੇ 1 ਘੰਟਾ 9 ਮਿੰਟਾਂ ਮਗਰੋਂ ਚੜ੍ਹਨਾ ਸੀ। ਤਦ ਇਸ ਰੋਸ਼ਨੀ ਦੇ ਗੋਲੇ ਦਾ ਬਣਨਾ ਇੱਕ ਕ੍ਰਿਸ਼ਮਾ ਹੀ ਹੋ ਸਕਦਾ ਸੀ। ਦੋਸਤੋ, ਇਹ ਸੀ ਅੱਜ ਦੀ ਵੀਡੀਓ, ਕਿੰਝ ਗੁਰੂ ਰਾਮਦਾਸ ਜੀ ਨੇ ਆਪਣੇ ਸਿੱਖਾਂ ਦੀ ਪਤ ਰੱਖੀ। ਵੀਡੀਓ ਪਸੰਦ ਆਈ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ। ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵੀਡੀਓ ਵੇਖਣ ਲਈ ਧੰਨਵਾਦ।